ਕਰਨ ਔਜਲਾ ਦਾ ਦੇਖੋ ਵੱਡਾ ਦਿਲ, ਪੈਰਾ ਕਰਾਟੇ ਖਿਡਾਰੀ ਦਾ ਉਤਾਰਿਆ 9 ਲੱਖ ਦਾ ਕਰਜ਼ਾ। ਖੇਡਣ ਵਾਸਤੇ ਖਿਡਾਰੀ ਨੇ ਘਰ ਰੱਖ ਦਿੱਤਾ ਸੀ ਗਿਰਵੀ, ਹੁਣ ਕਰਨ ਔਜਲਾ ਨੇ ਕਰਵਾਇਆ ਘਰ ਕਰਜ਼ ਮੁਕਤ। ਜਿਹਾ ਦੱਸ ਦਈਏ ਕਿ ਇੱਕ ਪੈਰਾ ਕਰਾਟੇ ਖਿਡਾਰੀ ਦੀ ਮਦਦ ਦੇ ਲਈ ਕਰਨ ਔਜਲਾ ਨੇ ਆਪਣੇ ਹੱਥ ਅੱਗੇ ਵਧਾਏ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ, ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਅਕਸਰ ਵਾਇਰਲ ਹੁੰਦਾ ਹੈ, ਉਸਦਾ ਕਰਜ਼ ਜੋ ਹੈ ਕਰਨ ਔਜਲਾ ਦੇ ਵੱਲੋਂ ਉਤਾਰਿਆ ਗਿਆ 9 ਲੱਖ ਰੁਪਏ। ਕਿਹਾ ਜਾ ਰਿਹਾ ਕਿ ਘਰ ਗਿਰਵੀ ਰੱਖਿਆ ਹੋਇਆ ਸੀ ਤੇ ਹੁਣ ਕਰਜ਼ਾ ਮੁਕਤ ਘਰ ਨੂੰ ਕਰਵਾਇਆ, ਉਹ ਵੀ ਪੰਜਾਬੀ ਗਾਇਕ ਕਰਨ ਔਜਲਾ ਨੇ। ਤਾਂ ਦੱਸ ਦਈਏ ਕਿ ਖੰਨਾ ਨੇੜਲੇ ਪਿੰਡ ਘੁਰਾਲਾ ਦੇ ਜੰਪਲ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਦਰਿਆਦਿਲੀ ਦਿਖਾਈ ਹੈ। ਇਨ੍ਹੀਂ ਦਿਨੀ ਵਿਦੇਸ਼ 'ਚ ਬੈਠੇ ਕਰਨ ਔਜਲਾ ਨੇ ਆਪਣੇ ਸ਼ਹਿਰ ਦੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਰੀਬ 9 ਲੱਖ ਰੁਪਏ ਦਾ ਬੈਂਕ ਕਰਜ਼ਾ ਮੋੜ ਦਿੱਤਾ, ਜਿਸ ਤੋਂ ਬਾਅਦ ਇਸ ਖਿਡਾਰੀ ਅਤੇ ਉਸਦੇ ਪਰਿਵਾਰ ਨੂੰ ਆਪਣੇ ਘਰ ਦੀ ਮਲਕੀਅਤ ਦੁਬਾਰਾ ਮਿਲ ਗਈ ਹੈ। ਇਸ ਤੋਂ ਪਹਿਲਾਂ ਤਰੁਣ ਆਪਣਾ ਘਰ ਗਿਰਵੀ ਰੱਖ ਕੇ ਦੇਸ਼ ਲਈ ਖੇਡ ਕੇ ਆਇਆ ਸੀ। ਕਈ ਸਾਲ ਪਹਿਲਾਂ ਤਰੁਣ ਸ਼ਰਮਾ ਨੇ ਵਿਦੇਸ਼ੀ ਧਰਤੀ ਤੇ ਖੇਡਣ ਲਈ ਆਪਣਾ ਘਰ 12 ਲੱਖ ਰੁਪਏ 'ਚ ਗਿਰਵੀ ਰੱਖਿਆ ਸੀ, ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਤੋਂ ਬਾਅਦ ਤਰੁਣ ਸ਼ਰਮਾ ਨੇ ਕਈ ਦੇਸ਼ਾਂ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ, ਪਰ ਕਿਸੇ ਵੀ ਸਰਕਾਰ ਨੇ ਉਸਦੀ ਸਾਰ ਨਹੀਂ ਲਈ, ਜਿਸ ਕਾਰਨ ਉਹ ਕਰਜ਼ਾ ਨਹੀਂ ਮੋੜ ਸਕਿਆ। ਸੋਸ਼ਲ ਮੀਡੀਆ ਰਾਹੀਂ ਸੁਰਖੀਆਂ ਵਿੱਚ ਆਏ ਤਰੁਣ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਕੁਝ ਐਨਆਰਆਈਜ਼ ਨੇ ਉਸਦੀ ਮਦਦ ਕੀਤੀ ਸੀ, ਜਿਸ ਕਾਰਨ ਕਰੀਬ 3 ਲੱਖ ਦਾ ਕਰਜ਼ਾ ਵਾਪਸ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਕਰਨ ਔਜਲਾ ਦੀ ਮਿਹਰ ਦੀ ਨਜ਼ਰ ਇਸ ਖਿਡਾਰੀ ਉੱਪਰ ਪਈ। ਕਰਨ ਨੇ ਹੁਣ ਕਰੀਬ 9 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ। ਕਰਨ ਔਜਲਾ ਵੱਲੋਂ ਕਰਜ਼ਾ ਵਾਪਸ ਕਰਨ ਤੋਂ ਬਾਅਦ ਤਰੁਣ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਰਨ ਔਜਲਾ ਨੇ ਕਰੀਬ 9 ਲੱਖ ਦਾ ਕਰਜ਼ਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ, ਹੁਣ ਉਸਦਾ ਘਰ ਕਰਜ਼ ਮੁਕਤ ਹੋ ਗਿਆ। ਇਸ ਲਈ ਤਰੁਣ ਨੇ ਕਰਨ ਔਜਲਾ ਦਾ ਧੰਨਵਾਦ ਕੀਤਾ, ਮਦਦ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਦਾ ਵੀ ਧੰਨਵਾਦ ਕੀਤਾ। ਅੰਤਰਰਾਸ਼ਟਰੀ ਪੱਧਰ ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਤਰੁਣ ਨੂੰ ਕਈ ਵਾਰ ਅਪਮਾਨਿਤ ਵੀ ਹੋਣਾ ਪਿਆ। ਅਮਰੀਕਾ ਵਿੱਚ ਪੈਰਾ ਵਰਲਡ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਸ਼ਹਿਰ ਪਰਤਣ ਵਾਲੇ ਇਸ ਖਿਡਾਰੀ ਦਾ ਸਵਾਗਤ ਵੀ ਨਹੀਂ ਕੀਤਾ ਗਿਆ ਸੀ। ਪਿਛਲੇ ਸਾਲ ਵੀ ਤਰੁਣ ਸ਼ਰਮਾ 21 ਤੋਂ 23 ਜੁਲਾਈ ਤੱਕ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਤਰਫੋਂ ਹਿੱਸਾ ਲੈਣ ਲਈ ਮਲੇਸ਼ੀਆ ਗਿਆ ਸੀ। ਤਰੁਣ ਨੇ 43 ਦੇਸ਼ਾਂ ਦੇ ਖਿਡਾਰੀਆਂ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਦੋਵੇਂ ਵਾਰ ਉਹ ਦਿੱਲੀ ਤੋਂ ਬੱਸ ਰਾਹੀਂ ਖੰਨਾ ਆਇਆ, ਕਿਸੇ ਨੇ ਵੀ ਉਸਦਾ ਸਵਾਗਤ ਨਹੀਂ ਕੀਤਾ ਸੀ। ਸਿੰਗਰ ਕਰਨ ਔਜਲਾ ਬਾਈ ਜੀ ਨੇ ਜੋ ਮੇਰੀ ਅਮਾਊਂਟ ਲੋਨ ਦੀ ਪੈਂਡਿੰਗ ਸੀ 9 ਲੱਖ ਰੁਪਈਆ, ਉਹ ਉਹਨਾਂ ਨੇ ਭਰਤੀ ਅਤੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ, ਅਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਅਤੇ ਮੇਰਾ ਪਰਿਵਾਰ ਕਰਨ ਔਜਲਾ ਬਾਈ ਦਾ ਕਿ ਉਹਨਾਂ ਨੇ ਮੇਰੀ ਹੈਲਪ ਕਰੀ ਅਤੇ ਮੇਰੀ ਇੱਕ ਗਰੀਬ ਦੀ ਬਾਂਹ ਫੜੀ।